ਫੋਨ ਆਪਣਾ ਆ ਚੁੱਕਿਆ ਆ, ਆਹ ਸਿਮ ਕਾਰਡ ਆ ਅਤੇ ਆਹ ਫੋਨ ਆ, ਇਹ 256 GB ਆ ਅਤੇ ਫੋਨ ਆਪਾਂ ਨੂੰ ਮਿਲ ਚੁੱਕਿਆ ਅਤੇ ਘਰ ਜਾ ਕੇ ਆਪਾਂ ਕਰਾਂਗੇ ਓਪਨਿੰਗ। ਹੁਣ ਮੈਂ ਚੱਲਾਂ JB Hi-Fi, ਉੱਥੋਂ ਥੋੜ੍ਹਾ ਜਿਹਾ ਸਮਾਨ ਖਰੀਦ। JB Hi-Fi ਆ ਜਿਹੜਾ ਉਹ ਆਪਣੇ ਲਾਗੇ ਹੀ ਆ, ਅਤੇ ਮੈਂ ਕਿਹਾ ਚਲੋ ਤੁਰ ਕੇ ਚੱਲ ਜਾਂਦੇ ਹਾਂ ਅਤੇ ਜਾ ਕੇ ਫਿਰ ਵੇਖਦੇ ਹਾਂ ਥੋੜ੍ਹਾ ਬਹੁਤਾ ਸਮਾਨ ਉੱਧਰੋਂ, ਅਤੇ ਬਾਕੀ ਚੈੱਕ ਕਰਦੇ ਹਾਂ ਵੀ ਕੀ ਚੀਜ਼ ਲੈਣ ਵਾਲੀ ਹੈ ਅਤੇ ਕੀ ਨਹੀਂ। ਮੇ ਬੀ ਮੈਂ ਅਤੇ ਆ ਹੀ ਗਿਆ ਆਪਣਾ JB Hi-Fi, ਆ ਸਾਹਮਣੇ ਬੋਰਡ ਨਜ਼ਰ ਆਉਣ ਡਿਆ ਹੋਊਗਾ ਤੁਹਾਨੂੰ JB Hi-Fi ਦਾ, ਅਤੇ ਕਰਦੇ ਹਾਂ ਐਂਟਰੀ ਅਤੇ ਦੇਖਦੇ ਹਾਂ ਸਮਾਨ ਸਮਾਨ। ਇੱਥੇ ਆ ਰਿੰਗ ਲਾਈਟਾਂ, ਕੈਮਰੇ ਕੁਮਰੇ, ਟਰਾਈਪੋਡ ਵਗੈਰਾ, ਡਰੋਨ, ਇੱਧਰ ਵੀ ਸਾਰਾ ਸਮਾਨ। ਇੱਥੇ ਮਤਲਬ ਇਹੋ ਜਿਹਾ ਇਲੈਕਟ੍ਰੋਨਿਕ ਦਾ ਸਮਾਨ ਸਾਰਾ ਹੀ ਹੁੰਦਾ ਆ। ਆਈ ਵਾਂਟ ਅ ਟ੍ਰਾਈਪੋਡ ਐਂਡ ਅ ਮਾਈਕ, ਯਾ ਫੋਰ ਵਲੌਗਿੰਗ, vlogging, but for a camera or for a phone? Yeah. So a tripod, like from a desk or from the floor? No, desk. No, it's no. Gorilla board. Yeah, I know, they're just here. Also got this one here, which is sounds like it will be good for your purpose. How much it costs? So this one is $339. It's got a light, it's got a microphone, and your phone sits just here, and then you can always add on like a secondary. Can we open it? Actually, no, unfortunately no. We can't. Any dummy you have? And you can sort of shape them to how you like. Yeah, I have used before this okay, one. Okay, so you're yeah. familiar with the product. Yeah, yeah, cool. I have used this Gorilla Pod 13 inches. Yeah, so that's it there. But it's just the all-in-one pack that has the microphone, the light, and an attachment for an extra camera if you ever want. Okay. ਇਹਦੇ ਵਿੱਚ ਇੱਕ ਮਾਈਕਰੋਫੋਨ, ਜਿਹੜਾ ਮਾਈਕ ਆ, ਅਤੇ ਇੱਕ ਗਰੀਲਾ ਪੋਡ ਆ, ਅਤੇ ਬਾਕੀ ਆ ਜਿਹੜੀਆਂ ਕੇਬਲਾਂ ਕੂਬਲਾਂ, ਲਾਈਟਨਿੰਗ ਕੇਬਲਸ ਵਗੈਰਾ ਹੁੰਦੀਆਂ ਜੋ ਵੀ ਆ। ਅਤੇ ਆਹ ਜਿਹੜਾ ਆ ਇਹ ਆਹ 130 ਦਾ ਆ, ਅਤੇ ਆਹ 300, ਇਹ 340 ਦਾ ਆ, 339 ਦਾ ਆ, ਇਹ 340 ਦਾ, ਅੱਧੋ ਅੱਧ ਦਾ ਫਰਕ ਆ, ਪਤਾ ਨਹੀਂ ਕਿਹੜੀ ਚੀਜ਼ ਦਾ ਫਰਕ ਆ, ਮੇ ਬੀ ਉਹਦਾ ਹੋਊਗਾ ਫਰਕ, ਇਹਦੇ 'ਚ ਕੁਆਲਿਟੀ ਕੁਆਲਿਟੀ ਦਾ ਫਰਕ ਹੋਊਗਾ, ਤਾਂ ਵੇਖਦੇ ਹਾਂ ਕੀ ਕਹਿੰਦੀ ਆ। ਮੇ ਬੀ ਲਾਈਟ ਵਿਲ ਬੀ ਮੋਰ ਕਨਵੀਨੀਅੰਟ ਐਸ ਵੀ ਹੈਵ ਟੂ ਡੂ ਦੀ ਵਲੌਗਿੰਗ ਐਟ ਨਾਈਟ ਆਲਸੋ। ਯਾ ਸੋ ਦਿਸ ਇਜ਼ ਦ ਵਨ ਦ ਲਾਈਟਸ ਦੈਟ ਇਟ ਕਮਸ ਵਿਦ, ਇਟ ਕਮਸ ਵਿਦ ਅ ਮਿਨੀ ਬੀਇੰਗ ਮਾਈ ਲਾਈਟ। ਮੇ ਬੀ ਮਿਨੀ, ਯਾ ਕਮਸ ਵਿਦ ਅ ਮਿਨੀ ਵਨ, ਸੋ ਦ ਮਿਨੀ, ਯਾ ਦਿਸ ਵਨ। ਓਕੇ, ਸੋ ਸੈਪਰੇਟਲੀ ਦੈਟਸ ਕਾਈਂਡ ਆਫ ਹਾਊ ਮਚ ਦੇ ਆਰ ਐਨੀਵੇ, ਅਦਰਵਾਈਜ਼ ਯੂ ਕੈਨ ਜਸਟ ਟ੍ਰਾਈ ਦਿਸ ਐਂਡ ਟ੍ਰਾਈ ਐਂਡ ਗੈਟ ਅ ਸੈਪਰੇਟ ਲਾਈਟ ਇਫ ਯੂ ਲਾਈਕ। ਯਾ ਦੈਟਸ ਅ ਰਾਈਟ ਆਪਸ਼ਨ, ਯਾ। ਓਕੇ ਓਕੇ, ਐਨੀ ਗਰੰਟੀ ਵਾਰੰਟੀ ਮਾਈਕ ਹੈਵ? ਯੈਸ, ਇਟ ਸ਼ੁਡ ਜਸਟ ਹੈਵ ਅ 1 year ਵਾਰੰਟੀ ਔਨ ਇਟ। ਯੈਸ, ਇਟਸ ਗਾਟ ਅ 1 year ਵਾਰੰਟੀ, ਇਟਸ ਔਨ ਸੇਲ ਫॉर 109.65 ਐਂਡ ਐਂਡਸ ਟੁਡੇ ਇਟਸ 288 ਐਂਡ 109 288. ਓਕੇ ਹਾਂਜੀ, ਅਤੇ ਮੈਂ ਕੀਤਾ ਆ ਆਹ ਵਾਲਾ ਸਿਲੈਕਟ,
ਤੇ ਇਹ ਪੈਂਦਾ ਮੈਨੂੰ $109 ਦਾ ਤੇ ਬਾਕੀ ਕਰਦੇ ਆ ਪੇਮੈਂਟ ਤੇ ਫਿਰ ਜਾਂਦੇ ਆ ਘਰ ਨੂੰ ਤੇ ਘਰ ਜਾ ਕੇ ਓਪਨਿੰਗ ਕਰਾਂਗੇ। ਹਾਂਜੀ ਮਿੱਤਰੋ, ਤੇ ਆਪਾਂ ਇੱਕ ਹੈਡਫੋਨ ਜੈਕ ਤੇ ਟਾਈਪ ਸੀ ਵਾਲਾ ਤੇ ਇੱਕ ਦੂਸਰਾ ਲੈ ਲਿਆ ਏ ਤੇ ਹੁਣ ਕਰਦੇ ਆ ਇਹਨੂੰ ਪੈਕ ਕਰਦੇ ਬੈਗ 'ਚ ਤੇ ਫਿਰ ਜਾਂਦੇ ਆ ਘਰ ਨੂੰ। ਮਾਮੇ ਖਲੋਤੇ, ਮਾਮਿਆਂ ਦੀ ਕਾਰ ਖਲੋਤੀ, ਮਾਮੇ ਦੇ ਨਹੀਂ ਵਿੱਚ। ਹੁਣ ਆਪਾਂ ਜਾਂਦੇ ਹਾਂ ਟਰੈਮ 'ਤੇ, ਟਰੈਮ ਤੋਂ ਸਿੱਧਾ ਸਦਨ ਕਰੋਸ, ਸਦਨ ਕਰੋਸ ਤੋਂ ਸਿੱਧਾ ਕੋਵਰ ਬੈਂਕ ਘਰ ਜਾ ਕੇ ਅੱਗੇ ਵਲੋਗ ਕੰਟੀਨਿਊ ਕਰਾਂਗੇ ਅਤੇ ਕਿਉਂਕਿ ਬੈਟਰੀ ਮੇਰੇ ਫੋਨ ਦੀ ਲੋਅ ਰਹਿ ਗਈ ਹੋ ਗਈ ਆ ਅਤੇ ਹੁਣ ਉੱਥੇ ਜਾ ਕੇ ਹੀ ਕੰਟੀਨਿਊ ਕਰਨਾ ਆਪਾਂ। ਅਤੇ ਮੈਂ ਵੇਖਦਾ ਜੇ ਕੇ ਮਾਰਟ ਤੋਂ ਕੁਛ ਲੈਣਾ ਹੋਇਆ ਮੈਂ ਅਤੇ ਉਹ ਵੀ ਲੈ ਲੈਂਦਾ। ਇੱਕ ਬਾਥਰੂਮ ਸਲੀਪਰ ਚਾਹੀਦੇ ਸੀ ਅਤੇ ਤਾਂ ਸਾਰਾ ਚਿੰਕਿਆਂ ਦਾ ਇਲਾਕਾ ਏ, ਇੱਥੇ ਸਾਰਿਆਂ ਮੇਰੇ ਚਿੰਕਿਆਂ ਦੇ ਖਾਣ ਵਾਲਾ ਹੀ ਹੈ, ਮਤਲਬ ਚਿੰਕੇ ਮੀਨਸ ਚਾਈਨੀਜ਼, ਉਹਨਾਂ ਦੇ ਖਾਣ ਵਾਲਾ ਹੀ ਹੈ ਸਾਰਾ, ਛੂਸੀਆਂ ਛਾਛੀਆਂ। ਆਹ ਚੈੱਕ ਕਰੋ ਸਾਰਾ ਕੁਛ ਚਿੰਕਿਆਂ ਦੀ ਭਾਸ਼ਾ ਜੀ ਲਿਖਿਆ ਅਤੇ ਕੇ ਮਾਰਟ ਮੈਨੂੰ ਲੱਭਣ ਨਹੀਂ ਦਿਆ। ਆਹ ਕੇ ਮਾਰਟ ਦਾ ਸਾਈਨ ਜਾ ਰਿਹਾ ਬਣਿਆ, ਹੁਣ ਵੇਖੋ ਕਿੱਧਰ ਆ ਫਾਰਮੈਸੀ, ਇੱਧਰ ਕੇ ਮਾਰਟ ਲੱਭ ਗਿਆ ਆਪਾਂ ਨੂੰ, ਵੇਖਦੇ ਹਾਂ ਇੱਧਰ ਚੈੱਕ ਕਰਦੇ ਹਾਂ ਬਾਕੀ ਲੈਣਾ। ਲੱਗਾ ਹੋਇਆ ਸਾਰਾ ਕੁਝ ਪਰ ਮੈਨੂੰ ਸਮਝ ਨਹੀਂ ਆਉਂਦੀ ਵਿੱਚੋਂ ਕਿਹੜੀ ਲਵਾਂ ਅਤੇ ਕਿਹੜੀ ਨਹੀਂ। ਹੁਣ ਮੈਂ ਫੈਸਲਾ ਕੀਤਾ ਵੀ ਫਿਰ ਕਿਸੇ ਦਿਨ ਸਹੀ ਅੱਜ ਚਲੀਏ ਘਰ। ਮੀਂਹ ਆਉਂਦਿਆ ਆ, ਆਪਾਂ ਮਾਈਕ ਟੈਪ ਆਫ ਕਰਾਂਗੇ ਤੇ ਫਿਰ ਜਾਵਾਂਗੇ ਕੋਲਸ, ਕੋਲਸ ਤੋਂ ਥੋੜ੍ਹਾ ਸਮਾਨ ਲੈ ਕੇ ਸਿੱਧਾ ਕਰੇ। ਹਾਂਜੀ ਗਾਈਸ, ਅਤੇ ਆਹ ਵਾਲਾ ਮੈਨੂੰ ਉਹਨਾਂ ਨੇ ਬੋਕਸ ਦਿੱਤਾ ਸੀਗਾ ਅਤੇ ਉੱਥੇ ਖੋਲਿਆ ਸੀ ਉਹਨਾਂ ਨੇ ਅਤੇ ਇਹਨੂੰ ਪਹਿਲਾਂ ਕਰਦੇ ਹਾਂ ਓਪਨ। ਇਹ ਆ ਜੀ ਆਈਫੋਨ 15 ਪ੍ਰੋ ਆ ਅਤੇ 256 GB ਆ। ਸਾਈਡ ਅਤੇ ਇਹਦੇ ਵਿੱਚੋਂ ਆਪਾਂ ਨੂੰ ਮਿਲੀ ਆ ਇੱਕ ਕੇਬਲ। ਪਹਿਲਾਂ ਸੀ ਨਾ ਪਲਾਸਟਿਕ ਜਿਹੀ ਵਾਲੀ ਕੇਬਲ ਆਉਂਦੀ ਸੀਗੀ, ਹੁਣ ਕੇਬਲ ਦੂਜੀ ਹੋ ਗਈ ਆ, ਮਤਲਬ ਕੱਪੜਾ ਜਿਹਾ ਚੜਿਆ ਅਤੇ ਇਹ ਦੋਵੇਂ ਸੀ ਟਾਈਪ ਹੋ ਗਈ ਆ, ਤੁਹਾਨੂੰ ਪਤਾ ਹੀ ਆ ਉਹ ਗਵਰਮੈਂਟ ਦੇ ਰੂਲ ਕਰਕੇ ਰੀਯੂਜ਼ੇਬਲ ਆ, ਰੀਸਾਈਕਲੇਬਲ ਆ। ਅਤੇ ਇਹਦੇ ਵਿੱਚ ਉਹੀ ਇੱਕ ਸਿਮ ਜੈਕਟ ਟੂਲ ਏ, ਆ ਉਹੀ ਪੁਰਾਣਾ ਜਿਹਾ, ਅਤੇ ਇੱਕ ਮੇ ਬੀ ਇਹਨਾਂ ਇੱਕੋ ਸਟਿੱਕਰ ਦਿੱਤਾ ਹੋਣਾ, ਅਤੇ ਆ ਇਹ ਉਹ ਸਟਿੱਕਰ ਆ ਜਿਹਦੇ ਕਰਕੇ ਪੈਸੇ ਲੱਗੇ ਆ, ਠੀਕ ਆ ਕਿ ਨਹੀਂ, ਇਹਦੇ ਉੱਦਾਂ ਕਹਿੰਦੇ ਪੈਸੇ ਲਾਉਣੇ। ਅਤੇ ਮੈਨੂੰ ਸਪੈਸ਼ਲੀ ਵਾਈਟ ਕਲਰ ਜ਼ਿਆਦਾ ਲੱਗਦਾ, ਮੇਰਾ ਪਹਿਲਾ ਆਈਫੋਨ 11 ਆ ਉਹ ਵੀ ਮੇਰੇ ਕੋਲ ਵਾਈਟ ਹੀ ਆ। ਅਤੇ ਹੁਣ ਆਪਾਂ ਕਰਦੇ ਹਾਂ ਓਨ, ਚੈੱਕ ਕਰੋ। ਨਮਸਤੇ ਆਉਣਾ ਇੱਥੇ, ਨਮਸਤੇ। ਅਤੇ ਮੇਰੇ ਕੋਲ ਪਹਿਲਾਂ ਵੀ ਜਿਹੜਾ ਵਾ ਉਹ ਵਾਈਟ ਹੀ ਆ, ਅਤੇ ਮੈਨੂੰ ਜ਼ਿਆਦਾ ਪ੍ਰੈਫਰੈਂਸ, ਮੈਂ ਵਾਈਟ ਨੂੰ ਦਿੰਦਾ, ਮੈਨੂੰ ਜ਼ਿਆਦਾ ਘੈਂਟ ਲੱਗਦਾ ਆ।
ਤੇ ਬਾਕੀ ਇਸ ਵਲੌਗ ਨੂੰ ਆਪਾਂ ਕਰਦੇ ਹਾਂ ਇੱਥੇ ਹੀ ਐਂਡ, ਅਤੇ ਹੁਣ ਜਿਹੜੇ ਅੱਗੇ ਵਾਲੇ ਸਾਰੇ ਵਲੌਗ ਆ ਉਹ ਇਸੇ ਫੋਨ 'ਤੇ ਆਇਆ ਕਰਨਗੇ, ਠੀਕ ਹੈ ਜੀ। ਅਤੇ ਉਹਨੇ ਟਾਈਮ ਲਈ ਫਿਰ ਟਾਟਾ ਬਾਏ ਬਾਏ।